ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ। ਸਰਕਾਰ ਵੱਲੋਂ 1 ਮਈ ਤੋਂ ਸੂਬਾ ਭਰ ਵਿੱਚ ਘਾਤਕ ਬਿਮਾਰੀਆਂ ਖਸਰਾ ਅਤੇ ਰੂਬੇਲਾ ਤੋਂ ਬਚਾਉਣ ਲਈ 9 ਮਹੀਨੇ ਤੋਂ 15 ਸਾਲ ਤੱਕ ਦੇ ਉਮਰ ਦੇ ਬੱਚਿਆਂ ਨੂੰ ਮੁਫਤ ਟੀਕਾਕਰਨ ਕਰਨ ਦੀ ਸ਼ੁਰੂਆਤ ਕੀਤੀ ਗਈ। ਪਰ ਜਿਵੇਂ ਹੀ ਇਹ ਟੀਕਾ ਸਕੂਲਾਂ ਅਤੇ ਆਊਟਰੀਚ ਸਕੂਲਾਂ 'ਚ ਸ਼ੁਰੂ ਕੀਤਾ ਗਿਆ ਤਾਂ ਇਸ ਟੀਕੇ ਬਾਰੇ ਕੂੜ ਪ੍ਰਚਾਰ ਤੇ ਵੱਖ ਵੱਖ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਲੱਗ ਗਈਆਂ, ਜਿਨ੍ਹਾਂ ਦਾ ਖੰਡਨ ਅੱਜ DC ਕਪੂਰਥਲਾ ਵੱਲੋਂ ਆਪਣੀ ਬੇਟੀ ਨੂੰ MR ਦਾ ਟੀਕਾ ਲਗਵਾਉਣ ਤੋਂ ਉਪਰੰਤ ਕੀਤਾ ਗਿਆ। मैं मोहम्मद तैयब, डिप्टी कमिश्नर कपूरथला। आज मैंने अपनी बेटी को MR का टीका लगवाया है और मैं जनता को बताना चाहता हूं कि कुछ शरारती तत्वों द्वारा किए जा रहे कुप्रचार में फंसी जनता को यह विश्वास में दिलाना चाहता हूं कि यह टीका बिल्कुल ही सुरक्षित है, करोड़ों बच्चों की जिंदगी बचाने के लिए है और इससे किसी बच्चे को कोई नुकसान नहीं है। खसरा व रुबेला से को भारत से खत्म करने के लिए स्वास्थ्य विभाग के कर्मचारियों को सहयोग दें और 9 माह से लेकर 15 साल तक के अपने बच्चों को यह टीका अवश्य लगवाएं। धन्यवाद। दस दईये कि बच्चियां अते 20 साल तक दी उम्र वाले बालकां लई खसरा बहुत ही जानलेवा सिद्ध हो सकता है। सो देश नू खसरा ते रुबेला मुफ्त बनाउण लई सब नू अगे आ के अपने बच्चियां नू MR दा टीका जरूर लगवाना चाहिदा है, क्योंकि एही बच्चे ते अगे जा के बनाउंदे ने देश दा भविख। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।